ਹਾਂਜੀ ਕਿਸਾਨ ਵੀਰੋ ਜੇਕਰ ਕਿਸੇ ਵੀਰ ਦੇ ਬਾਗ ਦੇ ਵਿੱਚ ਬੂਟਾ ਜਿਹੜਾ ਉਹ ਸੁੱਕ ਜਾਵੇ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵੀ ਇਹਦਾ ਜਿਹੜਾ ਫਲ ਹੈ ਬੂਟੇ ਤੇ ਲੱਗਿਆ ਹੋਇਆ ਆਪਾਂ ਇਹਨੂੰ ਬੂਟੇ ਨੂੰ ਦੁਬਾਰਾ ਤੰਦਰੁਸਤ ਕਰਨਾ ਹੈ ਇਹਦਾ ਇਲਾਜ ਕਰਨਾ ਹੈ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਇਹ ਜਿੰਨਾ ਵੀ ਫਲ ਲੱਗਿਆ ਉਹ ਸਾਰਾ ਫਲ ਤੋੜ ਲਓ ਇਦਾਂ ਆ ਜੇ ਮੈਂ ਠੀਕ ਹੈ ਫਲ ਤੋੜ ਲਓ ਇਹਦੇ ਪੱਤੇ ਆ ਜਿਹੜੇ ਉਹ ਸਾਰੇ ਝਾੜ ਲਓ ਇਹਦੀ ਜਾਨੀ ਟਾਹਣੀਆਂ ਸੁੱਕੀਆਂ ਹੋਈਆਂ ਉਹ ਵੀ ਵੱਢਣੀਆਂ ਠੀਕ ਹੈ ਇਹ ਵੱਢਣ ਤੋਂ ਬਾਅਦ ਕੀ ਕਰੋ ਵੀ ਇਹ ਸਾਰਾ ਕੁਝ ਘਰੇ ਲੈ ਜਾਓ ਇੱਥੇ ਨਹੀਂ ਸਿੱਟਣਾ ਵੀ ਕਹੀ ਆਪਾਂ ਕਹਿ ਦਈਏ ਵੀ ਉੱਥੇ ਖੇਰਚੀ ਸਿੱਟ ਦੀ ਉਹਨੂੰ ਮਤਲਬ ਆਪਾਂ ਇੱਥੋਂ ਪਾਸੇ ਹੀ ਕਰਨਾ ਕਿਉਂਕਿ ਉਹਦੇ ਕਰਕੇ ਬਿਮਾਰੀ ਪਈ ਐ ਤੇ ਅੱਗੇ ਨਾ ਫੈਲੇ ਇਸ ਕਰਕੇ ਫਿਰ ਤੁਸੀਂ ਆ ਜਿਹੜਾ ਬੂਟੇ ਦੇ ਚਾਰ ਚਪੇਰੇ ਹੈ ਨਾ ਇੱਥੇ ਘੇਰਾ ਬਣਾ ਦੋ ਤਾਂ ਜੋ ਇਹਦਾ ਪਾਣੀ ਵੀ ਬਾਹਰ ਨੂੰ ਨਾ ਆਵੇ ਤੇ ਇਹਦਾ ਜਦੋਂ ਇਲਾਜ ਹੋ ਜੇ ਉਦੋਂ ਬਾਅਦ ਭਵੇਂ ਇਹਨੂੰ ਆਪਾਂ ਉਵੇਂ ਕਰ ਸਕਦੇ ਆ ਤੇ ਇਹਦੇ ਫਿਰ ਜਿਹੜੀ ਆਪਾਂ ਦਵਾਈ ਪਾਵਾਂਗੇ ਉਹ ਫਿਰ ਉਹ ਘੇਰੇ ਦੇ ਵਿੱਚ ਹੀ ਪਾ ਲਾਂਗੇ ਪਰ ਆ ਜਿਹੜੇ ਪੱਤੇਆਂ ਵਾਲੀ ਗਲਤੀ ਨਹੀਂ ਕਰਨੀ ਵੀ ਇਹ ਤੁਸੀਂ ਪੱਤੇ ਤੇ ਜਾਂ ਜਿਹੜੇ ਆਹ ਟਾਹਣੀਆਂ ਤੇ ਜਾਂ ਜਿਹੜਾ ਫਲ ਤੋੜੋਂਗੇ ਇਹ ਇੱਥੇ ਸਿੱਟ ਦੋ ਇੱਥੇ ਨਹੀਂ ਸਿੱਟਣਾ ਵੀਰੋ ਧਿਆਨ ਰੱਖਿਓ ਇਹ ਗੱਲ ਦਾ ਬਹੁਤ ਜ਼ਰੂਰੀ ਹੈ